और फिरोजपुर के ममदोट कस्बे में एक पुलिसकर्मी ने शादी का झांसा देकर युवती के साथ शारीरिक संबंध बनाया, जिसके बाद शादी करने से इनकार कर दिया, जिसकी शिकायत प्रेमिका ने। फिरोजपुर से सुखचैन सिंह की रिपोर्ट। ਸਾਨੂੰ ਨਹੀਂ ਪਤਾ, ਸਾਨੂੰ 6 ਮਹੀਨੇ ਹੈਗਾ, ਇਹਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ, ਕਦੀ ਧਮਕੀਆਂ ਦੇ ਦਿੰਦਾ, ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ, ਕਦੀ ਕਹਿੰਦਾ ਮੈਂ ਛੱਡ ਦੇਣਾ, ਕਦੀ ਕਹਿੰਦਾ ਲੈ ਜਾਣਾ, ਸਾਨੂੰ ਕੁਛ ਨਹੀਂ ਪਤਾ ਸੁਬਹਾ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ। ਹੁਣ ਕੁੱਟ ਮਾਰ ਕੇ ਸੱਟ ਦਿੱਤਾ, ਉੱਥੇ ਸਾਨੂੰ ਫੋਨ ਆਇਆ ਸੀ, ਵਿਆਹ ਦੀ ਗੱਲ ਚੱਲਦੀ ਪਈ ਸੀ, ਇਹ ਸੀ ਮਨਪ੍ਰੀਤ ਨਾਲ ਹੀ, ਅਤੇ ਉਹਦੇ ਮਨਪ੍ਰੀਤ ਪੁਲਿਸ ਮੁਲਾਜ਼ਮ ਆ, ਅਤੇ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਵਾਂਗਾ, ਕੋਈ ਰਿਲੇਸ਼ਨ 'ਚ ਰਿਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ, ਕੁੜੀ ਨੂੰ ਆਪਦੇ ਘਰ ਵੀ 2-3 ਵਾਰੀ ਲੈ ਕੇ ਗਿਆ ਹੈ, ਸਾਨੂੰ ਨਹੀਂ ਪਤਾ, ਸਾਨੂੰ ਆ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਅਤੇ ਛੱਡ ਵੀ ਜਾਂਦਾ ਸੀ, ਅਤੇ ਬਾਅਦ 'ਚ ਹੁਣ ਮੁੱਕਰ ਗਿਆ ਹੈ, ਕੱਲ੍ਹ ਲੈ ਗਿਆ ਨੇ, 2-3 ਦਿਨ ਹੋ ਗਿਆ ਰਾਜ਼ੀਨਾਮਾ ਕੀਤਾ ਹੈ ਅਸੀਂ। ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਦਿੱਤਾ ਜਮਾਂ ਦੋਸਤੋਂ, ਅਗੇਨ ਕੇਸ ਹੈ ਅਤੇ ਅਸੀਂ ਉਹਨੂੰ ਢੂੰਡ ਰਹੇ ਹਾਂ, ਅਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਫਿਰੋਜ਼ਪੁਰ ਹਸਪਤਾਲ ਦੇ ਵਿੱਚ, ਅਸੀਂ ਸਾਰੇ ਇੱਥੇ ਆਏ ਹਾਂ ਅਤੇ ਇੱਥੇ ਆ ਕੇ ਸਾਨੂੰ ਡਾਕਟਰ ਸਾਹਿਬ ਨੇ ਜਦੋਂ ਪੁੱਛਿਆ ਵੀ ਲੜਕੀ ਅਨਕੋਨਸ਼ੀਅਸ, ਕਹਿੰਦੇ ਅਨਫਿੱਟ ਹੈ, ਇਹਨੂੰ ਮੈਡੀਕਲ ਕਾਲਜ ਫਰੀਦਕੋਟ ਦਾ ਰੈਫਰ ਕਰਤਾ ਹੈ, ਅਤੇ ਅੱਗੇ ਜੋ ਸਟੇਟਮੈਂਟ ਦੇਣਗੇ ਲੜਕੀ ਉਹ ਤਾਂ ਫਰਦਰ ਕਾਰਵਾਈ ਉਹਨਾਂ ਤੇ ਲਿਆ। ਹਾਂਜੀ, ਇੱਕ ਐਂਬੂਲੈਂਸ ਲੈ ਕੇ ਆਈ 108 'ਤੇ ਇੱਕ ਲੜਕੀ ਨੂੰ, ਅਤੇ ਹਿਸਟਰੀ ਸਾਨੂੰ ਦਿੱਤੀ ਗਈ ਸੀਗੀ ਕਿ ਕੋਈ ਉਹਨੇ ਗੋਲੀਆਂ ਖਾਧੀਆਂ ਹੈਗੀ, ਅਤੇ ਪੇਸ਼ੈਂਟ ਦਾ ਕੋਈ ਗੈਸਟ੍ਰਿਕ ਲਿਵਾਜ ਵਗੈਰਾ ਕਰਤਾ ਹੈ, ਪੇਸ਼ੈਂਟ ਦੀ ਹਾਲਤ ਸਾਨੂੰ ਥੋੜ੍ਹੀ ਜਿਹੀ ਨਾਜ਼ੁਕ ਲੱਗ ਰਹੀ ਹੈ, ਇਸ ਕਰਕੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਹੈ, ਅਤੇ ਪੇਸ਼ੈਂਟ ਦਾ ਨਾਮ ਸਲਮਾ, ਪਿਤਾ ਦਾ ਨਾਮ ਸਾਬਾ, ਬੋਲਬਾਗ ਦੇ ਰਹਿਣ ਵਾਲੇ ਹਨ, ਪੁਲਿਸ ਇਨਫੋਰਮੇਸ਼ਨ ਵੀ ਭੇਜਤੀ ਹੋਈ ਹੈ, ਬਾਕੀ ਹਜੇ ਕਰ ਰਹੀ। श्री मुक्तसर साहिब के कोटकपुरा रोड पर एक भयानक सड़क हादसा हो गया, जिसमें एक व्यक्ति गंभीर रूप से घायल हो गया। बता दें कि मुक्तसर का रहने वाला कमलेश अपने घर से लोकल है जी, मुक्तसर दिहाड़ी कर दिया जी, कोटकपुरा बाईपास से जा रहे थे, पता नहीं जी हम की हुई है, एक्सीडेंट होया है, ये तो साइकिल से जी आपकी साइड से ਮਾਮਲਾ ਐਂ ਸੀਗਾ ਜੀ, ਇੱਧਰੋਂ ਕੋਟਕਪੁਰ ਚੌਂਕ ਤੋਂ ਇੱਧਰੋਂ ਜਾਈ ਜਾਂਦੇ ਸੀ, ਹਾਥੀ ਵਾਲੇ ਬਹੁਤ ਤੇਜ਼ ਸੀਗੇ ਅਤੇ ਬ੍ਰਦਰ ਵੀ ਜਾ ਰਹੇ ਸੀ ਉੱਧਰ, ਠੀਕ ਹੈ ਜੀ, ਅਤੇ ਬਹੁਤ ਤੇਜ਼ ਸੀ ਅਤੇ ਉੱਧਰੋਂ ਹਾਥੀ ਨੂੰ ਪਿੱਛੇ ਪਕਾ ਕੇ ਟੱਕਰ ਮਾਰੀ, ਠੀਕ ਹੈ, ਅੱਗੇ ਜਾ ਕੇ ਵੱਜ, ਉੱਧਰੋਂ ਥਾਰ ਆ ਗਈ ਸੀਗੀ, ਉਦੋਂ ਥਾਰ ਇੰਨੀ ਕੁ ਤੇਜ਼ ਸੀਗੀ, 20-25 ਕਰਮਾਂ ਦੀ ਦੂਰੀ 'ਤੇ ਸੀਗੀ ਸਾਰੀ, ਠੀਕ ਹੈ, ਇੰਨੀ ਕੁ ਤੇਜ਼ ਉਹਨਾਂ ਕੰਟਰੋਲ ਨਹੀਂ, ਉੱਤੇ ਚੜ ਗਈ ਉਹ, ਇੱਕ ਤਾਂ ਛੋਟਾ ਹਾਥੀ, ਗੱਡੀ ਤਾਂ ਨਹੀਂ ਪਤਾ ਲੱਗਿਆ, ਥਾਰ ਸੀਗੀ, ਬਠਿੰਡੇ ਦਾ ਨੰਬਰ ਸੀ ਉਹਦਾ, ਹਾਥੀ ਮੁੰਡੇ 'ਚ ਸੰਗਰਾਣੇ ਪਿੰਡ ਦੇ ਸੀਗੇ। ਇਹ ਇੱਕ ਐਕਸੀਡੈਂਟ ਜਿਹੜਾ ਹੋਇਆ ਸੀਗਾ, ਇਹ ਸਾਈਕਲ ਦਾ ਅਤੇ ਛੋਟੇ ਹਾਥੀ ਦਾ ਹੋਇਆ ਸੀਗਾ, ਅਤੇ ਉਹਦੇ ਵਿੱਚ ਅਸੀਂ ਮੌਕੇ 'ਤੇ ਜਾ ਕੇ ਜਿਹੜਾ ਸਾਈਕਲ 'ਤੇ ਆਪਣਾ ਛੋਟਾ ਹਾਥੀ ਆ ਉਹ ਕਬਜ਼ੇ 'ਚ ਲੈ ਲਿਆ, ਅਤੇ ਬਾਕੀ ਜਿਹੜੀ ਕਾਰਵਾਈ ਆ ਉਹ ਜਿੱਦਾਂ ਬਿਆਨ ਲਿਖਾਉਣਗੇ ਉਸ ਤਰ੍ਹਾਂ ਉਹ ਕਾਰਵਾਈ ਕੀਤੀ ਜਾਊ।